ਭਾਈ ਲੋਕ ਇਹ ਵੀ ਕਿਉਂ ਸੋਚਦੇ ਨੇ ਕਿ ਐਮਐਲਏ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਕਿਸੇ ਦਾ ਘਰ ਬਣਵਾ ਦੇ ਕਿਸੇ ਦਾ ਇਲਾਜ ਕਰਾ ਦੇ ਵੀ ਕਲੀਅਰ ਕਰੋ ਕਿ ਐਮਐਲਏ ਕੋਲ ਇਹ ਚੀਜ਼ ਹੁੰਦੀ ਹੈ ਕਿ ਨਹੀਂ ਹੁੰਦੀ ਕਿ ਕਿਸੇ ਨੇ ਚੈੱਕ ਕੱਟ ਕੇ ਪੈਸੇ ਦੇ ਤੇ ਸਰਕਾਰ ਸਰਕਾਰ ਦਾ ਸਿੱਧਾ ਖਾਤਾ ਐਮਐਲਏ ਕੋਲ ਚੈੱਕ ਬੁੱਕ ਹੁੰਦੀ ਹੈ ਕਿ ਨਹੀਂ ਹਾਂ ਹਸਣ ਵਾਲੀ ਗੱਲ ਤੇ ਜਿਆਦਾ ਇੱਕ ਦਿਨ ਅਸੀਂ ਕੀ ਕਰਿਆ ਤੇ ਮੈਂ ਘਰੇ ਹੀ ਬੈਠਾ ਮੇਰੀ ਵਾਈਫ ਕਹਿੰਦੀ ਚੱਲ ਆਪਾਂ ਐਮਐਲਏ ਬਣ ਜਾਾਂਗੇ ਫਿਰ ਤਾਂ ਆਪਣਾ ਠੀਕ ਹੋ ਜਾਊਗਾ ਕੰਮ ਮੈਂ ਕਿਹਾ ਸੇਮਰ ਇਹ ਕਿਹੜਾ ਕੋਈ ਵਿੜੇ 'ਚ ਦਰਖਤ ਲੱਗ ਜਾਊਗਾ ਬਿਲਕੁਲ ਇਕੜਾ ਕੋ ਵੀੜੇ ਚ ਦਰਖਤ ਲੱਗ ਜੂਗਾ ਵੀ ਆਪਾਂ ਉਹ ਤੋਂ ਤੋੜਾਂਗੇ ਤੇ ਕੋਈ ਚੀਜ਼ ਕਰਦਾਂਗੇ ਇਹ ਚੀਜ਼ ਤਾਂ ਐ ਹੀ ਰਹਿਣੀ ਆ ਇਹ ਜਿਹੜੀਆਂ ਭਾਈ ਲੋਕਾਂ ਨੂੰ ਇਹ ਜਿਹੜੀ ਇੱਕ ਚੀਜ਼ ਦੀ ਗਲਤਫਹਿਮੀ ਹੈ ਨਾ ਮੈਂ ਨਹੀਂ ਕਹਿੰਦਾ ਵੀ ਸਾਰੇ ਹੀ ਦੁੱਧ ਤੋਤੇ ਹੋਏ ਆ ਜੀ ਕੋਈ ਚੱਕਰੀ ਨਹੀਂ ਜੀ ਐਵੇਂ ਜੀ ਜਿੰਨਾ ਕ ਜਿਹਦਾ ਦਾ ਲੱਗਦਾ ਨਾ ਲਾਉਂਦੇ ਨੇ ਠੀਕ ਹੈ ਨਾ ਬਟ ਇਹ ਹੁੰਦਾ ਵੀ ਯਾਰ ਇਹ ਸਾਡੇ ਨਾਲ ਥੋੜਾ ਵੱਧ ਟੱਕੜਾ ਇਹ ਕਰ ਦੂਗਾ ਪਰ ਮੈਂ ਚਾਹਣਾ ਕਿ ਹਰੇਕ ਪਿੰਡ ਦੇ ਵਿੱਚ ਨੌਜਵਾਨਾਂ ਦੇ ਇਹ ਜਿਹੇ ਕਲੱਬ ਬਣਨ ਇਹ ਜਿਹੇ ਸੰਗਠਨ ਬਣਨ ਕਿ ਘੱਟੋ ਘੱਟ ਪਿੰਡ ਦੀ ਦਿੱਕਤ ਸੁਭਿਦਾ ਉੱਥੇ ਹੀ ਖਤਮ ਕਰ ਦੇਣ ਹੁਣ ਤੁਸੀਂ ਨੇ ਮੇਰੀ ਵੀਡੀਓ ਦੇਖੀ ਹੋਣੀ ਆ ਜਦੋਂ ਕਰੋਨਾ ਆਇਆ ਬਈ ਐਕਚੁਅਲ ਤਾਂ ਲੋਕਾਂ ਨੂੰ ਉਦੋਂ ਸਮਝ ਆਇਆ ਜਦੋਂ ਕਰੋਨਾ ਆਇਆ ਮੈਂ ਫਰਸਟ ਡੇ ਮੇਰੀ ਵੀਡੀਓ ਫੇਸਬੁੱਕ ਤੇ ਅਜ ਵੀ ਰਿਕਾਰਡ ਆ ਪਹਿਲੇ ਦਿਨ ਕਹਿਤਾ ਸੀ ਵੀ ਜਿੱਥੇ ਦਵਾਈ ਦੀ ਜਿੱਥੇ ਲੰਗਰ ਦੀ ਜ਼ਰੂਰਤ ਆ ਅਸੀਂ ਇੱਕ ਦਿਨ ਸਾਡੇ ਅਹਿਮਦ ਲਤੀਫ ਲਤੀਫ ਸਾਹਿਬ ਸੀਗੇ ਐਸਡੀਐਮ ਲੇਰਕੋਟਲਾ ਦੇ ਸਾਡੀ ਮੀਟਿੰਗ ਹੋ ਰਹੀ ਸੀ ਅਸੀਂ ਇਹ ਸੋਚਣ ਲੱਗ ਗਏ ਸਾਡੇ ਇੱਕ ਪੇਸ਼ੈਂਟ ਦੀ ਡੈਥ ਹੋ ਗਈ ਸੀ ਵੀ ਉਹ ਧੋ ਰਿਹਾ ਰਹੇ ਨੇ ਅਸੀਂ ਇਹ ਸੋਚਣ ਲੱਗੇ ਕਿ ਯਾਰ ਗੱਡੀ ਕੌਣ ਡਰਾਈਵ ਕਰੂਗਾ ਕਿਉਂਕਿ ਕਰੋਨਾ ਦਾ ਕਾਲ ਸੀਗਾ ਕਿਉਂਕਿ ਉਦੋਂ ਤੁਸੀ ਨੇ ਯਾਦ ਹੋਊਗਾ ਵੀ ਫੈਮਿਲੀ ਆਵਦੀਆਂ ਲਾਸ਼ਾਂ ਦੂਰ ਖੜਕੇ ਚਲੀਆਂ ਜਾਂਦੀਆਂ ਸੀਗੀਆਂ ਕਰਨ ਨਹੀਂ ਜਾਂਦੇ ਸੀ ਨਿਸ਼ਕਾਰ ਹੀ ਨਹੀਂ ਕਰਦੇ ਤੇ ਅਸੀਂ ਦੋਨਾਂ ਨੇ ਪਲਾਨਿੰਗ ਕਰੀ ਲਤੀਬ ਵੀ ਸਾਡੇ ਸੀਨੀਅਰ ਬੜਾ ਘੈਂਟ ਆਫੀਸਰ ਆ ਜੀ ਬੰਦਾ ਉਹ ਅਸੀਂ ਦੋਵਾਂ ਨੇ ਡਿਸਾਈਡ ਕਰਿਆ ਵੀ ਤੂੰ ਗੱਡੀ ਚਲਾਏਂਗਾ ਮੈਂ ਲਾਸ਼ ਉਤਾਰੂੰਗਾ ਇਹ ਇਹ ਲੈਵਲ ਤੱਕ ਸਾਡੀਆਂ ਗੱਲਾਂ ਜਨਕਿਆ ਜਾਂਦੀਆਂ ਭਾਈ ਉਹ ਫੀਲਿੰਗ ਕਿਹੜੀ ਸੀ ਉਹ ਵੀ ਰਾਜਨੀਤੀ ਕਰਕੇ ਕਿ ਇਨਸਾਨੀਅਤ ਕਰਕੇ ਨਹੀਂ ਨਹੀਂ ਇਨਸਾਨੀਅਤ ਕਰਕੇ ਭਾਈ ਰਾਜਨੀਤੀ ਤਾਂ ਸਾਰੇ ਐਮਐਲਏ ਘਰਾਂ ਚ ਨਹੀਂ ਬੈਠੇ ਸੀ ਹੁਣ ਕੋਈ ਨਹੀਂ ਨਿਕਲੇ ਸੀ ਹਾਂ ਸਾਰੇ ਐਮਐਲਏ ਘਰਾਂ ਚ ਹੀ ਬੈਠੇ ਸੀ ਮੈਨੂੰ ਕਿਹਾ ਕਹਿੰਦੇ ਤੂੰ ਕੀ ਲੈਣਾ ਯਾਰ ਇਹ ਚੀਜ਼ ਤਾਂ ਮੈਂ ਕਿਹਾ ਯਾਰ ਮੈਨੂੰ ਇਕੱਲੀਆਂ ਇਸ ਕਰਕੇ ਨਹੀਂ ਲੀਡਰ ਉਹ ਹੁੰਦਾ ਜੋ ਦੁੱਖ ਤਕਲੀਫ ਚ ਸਭ ਤੋਂ ਫਰੰਟ ਹੋ ਕੇ ਖੜੇ ਹੁਣ ਮੈਂ ਕਿਸਾਨਾਂ ਦੇ ਧਰਨੇ ਤੇ ਭਾਈ ਮੈਂ ਤੇ ਮੇਰਾ ਟੱਬਰ ਪੈਦਲ ਗਏ ਠੀਕ ਆ ਹੰਡਾਇਆ 5 ਦਿਨ ਠੀਕ ਆ ਲੀਡਰਾਂ ਨੂੰ ਉੱਥੇ ਜਾਨ ਨਹੀਂ ਸੀ ਦਿੰਦੇ ਪਰ ਇਹਦਾ ਇਹ ਐਜੀਟੇਸ਼ਨ ਸੀਗਾ ਪੂਰੀ ਤਪਦੀ ਗਰਮੀ ਚ ਗਿਆ ਜਲਾਈ ਚ ਪੂਰੀ ਤਪ ਦੇ ਨਵੇਂ ਸਾਲ ਵਾਲੇ ਦਿਨ ਉੱਥੇ ਜਾ ਕੇ ਹਾਜ਼ਰੀ ਲਵਾਈ ਦੋਵੇਂ ਰੁੱਤ ਤੇ ਪੂਰੇ ਟੱਬਰ ਦੇ ਨਾਲ ਸਿਰਫ ਇੱਕ ਹਾ ਦਾ ਨਾਰਾ ਵੀ ਯਾਰ ਇਹ ਇਹਨਾਂ ਦੀ ਮੰਗ ਸਹੀ ਆ ਹੁਣ ਐ ਤਾਂ ਮੇਰਾ ਵੀ ਸਰ ਜਾਂਦਾ ਹੂੰ ਬਿਲਕੁਲ ਕੀ ਦਾ ਨਹੀਂ ਸਕਦਾ ਹੁਣ ਸਾਡੇ ਇੱਕ ਕਣਕ ਨੂੰ ਅੱਗ ਲੱਗ ਗਈ ਬਾਈ ਬੇਨੜਾ ਪਿੰਡ ਸੀਗਾ ਲੱਡਾ ਪਿੰਡ ਸੀਗਾ ਅੱਜ ਤੱਕ ਤੇ ਵੀ ਤੁਸੀਂ ਨੀਅਸ ਫੇਸਬੁਕ ਤੇ ਵੀ ਹੈਗੀ ਤੇ ਅੱਗ ਲੱਗ ਗਈ ਤੇ ਮੈਂ ਮੀਟਿੰਗ ਕਰੀ ਤੇ ਮੀਟਿੰਗ ਤਾਂ ਉਹੀ ਮੁਆਵਜ਼ੇ ਮੁਵਜ਼ੇ ਮਿਲਦੇ ਹੁੰਦੇ ਨੇ ਤੇ ਹੁਣ ਜਿਹੜਾ ਬੰਦਾ ਯਾਨੀ ਕਿ ਠੇਕੇ ਤੇ ਵਾਹੀ ਕਰਦਾ ਉਹਨੂੰ ਵਿਚਾਰੇ ਨੂੰ ਮੁਆਵਜ਼ਾ ਕਿੱਥੇ ਮਿਲਣਾ ਉਹ ਤਾਂ ਮਾਲਕ ਨੂੰ ਯਾਨੀ ਕਿ ਮੈਂ ਕਹ ਰਿਹਾ ਇਹ ਤਾਂ ਬੜੀ ਔਖੀ ਦਿੱਕਤ ਵਾਲੀ ਗੱਲ ਆ ਅਸੀਂ ਨੇ ਇੱਕ ਵੀਡੀਓ ਪਾਈ ਤੁਹਾਡੇ ਮੰਗੋਂ ਸਾਡੇ ਕੋਲ ਇੰਨੀ ਗਣਕ ਇਕੱਠੀ ਹੋ ਗਈ ਅਸੀਂ ਪਰ ਵਿੱਗੇ ਦੇ ਹਿਸਾਬ ਨਾਲ ਕਣਕ ਵੰਡ ਕੇ ਵੀ ਸਾਡੇ ਕੋਲ ਇੱਕ ਕਣਕ ਜਿਹੜੀ ਬਚੀ ਅਸੀਂ ਗੁਰੂ ਘਰ ਨੂੰ ਦਿੱਤੀ ਇਸ ਤਰ੍ਹਾਂ ਦੇ ਮੈਂ ਨਹੀਂ ਕਹਣਾ ਮੈਂ ਮਹਾਨ ਆ ਜੀ ਮੈਂ ਇਹ ਚੀਜ਼ ਕਰਤੀ ਮੈਂ ਕਹਿ ਰਿਹਾ ਵੀ ਤੂੰ ਨੌਜਵਾਨ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਨੇ ਮੁੰਡੇ ਅੱਗੇ ਆਉਣ ਤੁਸੀਂ ਹੁਣ ਮੈਡੀਕਲ ਇੰਨੀਆਂ ਸਹੂਲਤਾਂ ਦਿੰਨੇ ਹੋ ਬਿਲਕੁਲ ਇੰਨੇ ਪੇਸ਼ੈਂਟਸ ਲਈ ਤੁਸੀਂ ਕੰਮ ਕਰਦੇ ਹੋ ਤੁਹਾਡੇ ਤੇ ਬਲੀਵ ਬਣਿਆ ਨਾ ਪਹਿਲਾਂ ਲੋਕਾਂ ਦਾ ਬਿਲਕੁਲ ਬਈ ਮੈਨੂੰ ਕਿਸ ਨੇ ਮੈਨੂੰ ਯਾਦ ਆ ਕੋਈ ਪੁਲਿਸ ਆਫੀਸਰ ਤੁਹਾਡੇ ਗੋਡੇ ਹੱਥ ਲਾ ਕੇ ਕਿਹਾ ਹਣੇ ਮੇ ਮੇਰੀ ਮਾਂ ਨੂੰ ਤੂੰ ਬਚਾਇਆ ਹੋਇਆ ਇਹ 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 ਚੀਜ਼ ਯਾਰ ਕਿਸੇ ਦੇ ਹੋਰ ਹੱਥ ਚਾਉਂਦੀ ਆ ਬਿਲਕੁਲ ਕਿਸੇ ਦੇ ਹੋਰ ਹੱਕ ਚ ਆਉਗੀ ਜਿਹੜੀ ਮੁੱਲ ਤੂੰ ਕਰੀ ਜਾਂ ਜੋ ਮੈਂ ਇਹ ਚੀਜ਼ਾਂ ਪਰਸਨਲੀ ਕਰੀਆਂ ਜਾਂ ਮੈਂ ਟੋਲ ਪਲਾਜ਼ ਦੇ ਨਾਲ ਸੜਕ ਕੱਢੀ ਲੀਡਰ ਤਾਂ ਬਹੁਤ ਆਏ ਮੇਰੇ ਕੋਲ ਪਰਸਨਲ ਆਉਂਦੀਆਂ ਪੰਜ ਚਾਰ ਗੱਲਾਂ ਇਹ ਜਿਹਿਆਂ ਨੇ ਜਿਨ੍ਹਾਂ ਨੂੰ ਸਹਾਰੇ ਰੱਖ ਕੇ ਮੈਂ ਸਾਰੀ ਉਮਰ ਕੱਟ ਸਕਦਾ ਜਦੋਂ ਮੈਨੂੰ ਟਾਈਮ ਮਿਲਿਆ ਮੈਂ ਚੰਗਾ ਕੰਮ ਕਰਿਆ ਮੈਨੂੰ ਇਹ ਯਕੀਨ ਹੈ ਨਾ ਮੈਨੂੰ ਵਿਸ਼ਵਾਸ ਆ ਤੇ ਮੇਰੇ ਕੋਲ ਇਹ ਮੇਰੀ ਪਰਸਨਲ ਪ੍ਰਾਪਰਟੀ ਆ ਬਿਲਕੁਲ